प्यारे विद्यार्थियों, मेरा नाम संदीप सोनी, सरकारी सीनियर सेकेंडरी स्कूल लड़के, फतेहगढ़ चूनिया, जिला गुरदासपुर तो हाँ। अज असी 10th क्लास के साइंस के चैप्टर नंबर 11 स्टार्ट करने जा रहे हैं। चैप्टर का नाम है मनुखी अख और रंग बिरंगा संसार, द ह्यूमन आई एंड द कलरफुल वर्ल्ड। आप इस दे बारे पढ़ना शुरू करेंगे। इस तो पिछले लैक्चर में आप की पढ़ चुके हैं, इस तो पिछले लैक्चर के असी अगे पढ़िया है मिरर बारे, जर च प्लेन मिरर, सफेरिकल मिरर, जर च सफेरिकल कनकेव कन्वैक्स मिरर बारे पढ़िया। उस तरह असी पढ़िया ही लेंस बारे, लेंस भी दो तरह के हैं, कन्वैक्स लेंस ते कनकेव लेंस। हुण इस चैप्टर के आप मेन फोकस करना है अख बारे, पहले आप पढ़ा आई बारे, इस तो बाद जिहड़ा साडा रंग बिरंगा संसार आ उहदे बारे जिवें आपां अच्छी गल करांगे, जिहड़े साडे प्रकाश विच घटनावां हो रहियां हन, किवें जिवें आपां कहिंदे सत रंगी पींघ बनना, जिहड़े बारे तुसीं पढ़ चुके जे रेनबो फॉर्मेशन, ते आम तौर ते देखी भी होवेगी चिट्टे रंग दा प्रकाश, प्रकाश दा रंगां विच विभाजित होना, आकाश दे नीले रंग बारे, तारे टिमटिमाउंदे हन, ठीक है, सूरज चढ़न तों पहलों और चढ़न तों बाद डुबन तों बाद भी 2 मिनट तक दिखाई दिंदा रहिंदा है, ठीक है। यहो जहा कई प्रकाशी घटनावां हैं, ठीक है, जिन्हां बारे आप इस पाठ में पढ़ांगे, उन्हां नूं समझण की कोशिश करांगे कि वह किवें हुंदियां हन, ठीक है। ये सब कुछ स्टार्ट करन लगे हैं आप चैप्टर, चैप्टर नंबर 11। उहदे विच हुण पहला पॉइंट है मनुखी अख, ह्यूमन आई। तुहानूं पता साडियां कई ज्ञान इंद्रियां हैं, जिवें आप कहने असी टेस्ट करते हाँ, ठीक है, स्मैल करते हाँ, असी फील करते हाँ, महसूस करते हाँ, ठीक है। इस तरह ही आप किसी चीज़ को देखते हाँ, तो देखने वास्ते अपना जो कुदरत ने अंग दिता है अख, ये एक बहुत ही महत्वपूर्ण अंग है। अखा नूं आपां बंद करके रंगां की पहचान नहीं कर सकते। देखो आप किसी चीज़ को टच करके महसूस कर सकते हाँ, ठीक है, पर जे अखा ना हो तो आप ਸਾਡੇ ਵਾਸਤੇ ਇਹ ਦੁਨੀਆ ਜਿਹੜੀ ਆ ਇਹ ਇੱਕ ਤਰ੍ਹਾਂ ਦੇ ਆਪਾਂ ਕਹਿ ਸਕਦੇ ਕਲਰਲੈਸ ਹੋ ਜਾਏਗੀ, ਆਪਾਂ ਨੂੰ ਰੰਗਾਂ ਦੀ ਪਹਿਚਾਣ ਨਹੀਂ ਹੋ ਪਾਵੇਗੀ, ਠੀਕ ਹੈ। ਅੱਖਾਂ ਸਾਨੂੰ ਚਾਰੇ ਪਾਸੇ ਦੇ ਰੰਗ ਬਿਰੰਗੇ ਸੰਸਾਰ ਨੂੰ ਵੇਖਣ ਯੋਗ ਬਣਾਉਂਦੀਆਂ ਹਨ। ਜਿਹੜੀ ਹਿਊਮਨ ਆਈ ਹੈ ਨਾ, ਇਹਨੂੰ ਕੰਪੇਅਰ ਕੀਤਾ ਗਿਆ ਕੈਮਰੇ ਦੀ ਤਰ੍ਹਾਂ, ਜਿਵੇਂ ਕੈਮਰੇ ਵਿੱਚ ਕੋਈ ਸ਼ਟਰ ਹੁੰਦਾ ਹੈ, ਸਾਡੀ ਅੱਖ ਹੈ ਇਹਦੇ ਵਿੱਚ ਵੀ ਸ਼ਟਰ ਹੈ, ਕੈਮਰੇ 'ਚ ਲੈਂਸ ਹੁੰਦਾ ਹੈ, ਅੱਖ ਵਿੱਚ ਵੀ ਲੈਂਸ ਹੁੰਦਾ ਹੈ। ਜਿਹੜੇ ਪੁਰਾਣੇ ਕੈਮਰੇ ਹੁੰਦੇ ਸੀ ਉਹਨਾਂ ਵਿੱਚ ਫਿਲਮ ਬਣਦੀ ਪੈਂਦੀ ਹੁੰਦੀ ਸੀ, ਜਿਹਦੇ ਉੱਪਰ ਉਸ ਚੀਜ਼ ਦੀ ਇਮੇਜ ਬਣਦੀ ਸੀ ਜਿਹਨੂੰ ਆਪਾਂ ਨੈਗੇਟਿਵ ਕਹਿੰਦੇ, ਉਹਨੂੰ ਬਾਅਦ 'ਚ ਆਪਾਂ ਪ੍ਰਿੰਟ ਕਢਾਉਂਦੇ ਸੀ। ਇਸੇ ਤਰ੍ਹਾਂ ਸਾਡੇ ਵਿੱਚ ਅੱਖ ਦੇ ਵਿੱਚ ਇੱਕ ਲੇਅਰ ਹੁੰਦੀ ਹੈ ਰੈਟੀਨਾ, ਠੀਕ ਹੈ, ਇਹਦੇ ਬਾਰੇ ਆਪਾਂ ਪੜ੍ਹਨਾ ਹੋਣੀ, ਜਿਹਦੇ ਉੱਪਰ ਆਣ ਕੇ ਵਸਤੂ ਦਾ ਪ੍ਰਤੀਬਿੰਬ ਜਿਹੜਾ ਬਣਦਾ ਹੈ। ਹੁਣ ਆਪਾਂ ਜੇ ਅੱਖ ਦੇ ਸਟਰਕਚਰ ਨੂੰ ਆਪਾਂ ਪੜ੍ਹਨਾ ਸ਼ੁਰੂ ਕਰੀਏ, ਇਹਦੇ ਵੱਖਰੇ ਵੱਖਰੇ ਕਿਹੜੇ ਕਿਹੜੇ ਪਾਰਟਸ ਹਨ ਉਹਨਾਂ ਬਾਰੇ ਪੜ੍ਹਨਾ, ਇਹ 'ਚ ਕੋਰਨੀਆ ਹੈ, ਪੁਤਲੀ ਹੈ, ਐਪਸ ਹਿਊਮਰ, ਵਿਟਰਸ ਹਿਊਮਰ, ਸਾਡਾ ਕ੍ਰਿਸਟਲਿਨ ਲੈਂਸ, ਸਿਲਰੀ ਪੇਸ਼ੇ, ਸਿਲਰੀ ਮਸਲਸ, ਰੈਟੀਨਾ, ਆਪਟਿਕ ਨਰਵ, ਠੀਕ ਹੈ, ਇਹ ਸਭ ਜਿਹੜੇ ਇਹਦੇ ਵੱਖਰੇ ਵੱਖਰੇ ਅੰਗ ਹਨ, ਇਹਨਾਂ ਬਾਰੇ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਕਹਿੰਦੇ ਅੱਖ ਦਾ ਉਹ ਭਾਗ, ਉਹ ਪਾਰਟ ਜਿੱਥੇ ਕਿਸੇ ਵਸਤੂ ਦਾ ਪ੍ਰਤੀਬਿੰਬ ਬਣਦਾ ਹੈ ਉਹ ਹੈ ਰੈਟੀਨਾ, ਠੀਕ ਹੈ। ਜਦੋਂ ਲਾਈਟ ਸਾਡੇ ਅੰਦਰ ਐਂਟਰ ਕਰਦੀ ਹੈ ਅੱਖ ਵਿੱਚ, ਸਭ ਤੋਂ ਪਹਿਲਾਂ ਆਉਂਦੀ ਹੈ ਕੋਰਨੀਆ। ਕੋਰਨੀਆ ਕੀ ਹੈ? ਇਹ ਅੱਖ ਦੇ ਡੇਲੇ ਦੇ ਸਾਹਮਣੇ, ਅੱਖ ਦੇ ਸਾਹਮਣੇ ਇੱਕ ਪਾਰਦਰਸ਼ੀ ਟਰਾਂਸਪੇਰੈਂਟ ਇੱਕ ਲੇਅਰ ਹੈ, ਇੱਕ ਉਬਾਰ ਹੈ, ਬਲਜ ਹੈ ਆਈ ਦਾ, ਠੀਕ ਹੈ, ਜਿਹਦੇ ਵਿੱਚ ਲਾਈਟ ਰੇ ਪਾਸ ਕਰ ਸਕਦੀ ਹੈ, ਇਸ ਨੂੰ ਆਪਾਂ ਕਹਿੰਦੇ ਹਾਂ ਕੋਰਨੀਆ, ਠੀਕ ਹੈ। ਟਰਾਂਸਪੇਰੈਂਟ ਲੇਅਰ ਫਰੋਮ ਵੇਅਰ ਦਾ ਲਾਈਟ ਐਂਟਰਸ ਦਾ ਆਈ, ਇਹ ਇੱਕ ਬਲਜ ਦੀ ਤਰ੍ਹਾਂ ਅਤੇ ਇੱਕ ਉਬਾਰ ਦੀ ਤਰ੍ਹਾਂ ਦਾ ਹੈ। ਇਹਦੇ ਸਾਹਮਣੇ ਪਾਸੇ ਹੈ ਆਹ ਜਿਹੜਾ ਆਪਾਂ ਫੋਟੋ ਦੇਖ ਰਹੇ ਹਾਂ, ਇੱਕ ਕ੍ਰਿਸਟਲਾਈਨ ਲੈਂਸ ਹੈ, ਠੀਕ ਹੈ, ਅਤੇ ਕ੍ਰਿਸਟਲਾਈਨ ਲੈਂਸ ਦੇ ਇੱਧਰਲੇ ਪਾਸੇ ਜਿਹੜਾ ਹੈ ਜੋ ਇੱਥੇ ਵਧਾ ਵਧਿਆ ਹੈ, ਜਿਸ ਨੂੰ ਆਪਾਂ ਕੀ ਕਹਿੰਦੇ ਹਾਂ ਆਇਰਿਸ, ਇਹ ਕੀ ਹੈ ਆਇਰਿਸ। ਆਇਰਿਸ ਕੀ ਕਰਦਾ ਹੈ? ਹੁਣ ਦੇਖੋ ਕੋਰਨੀਆ ਦੇ ਪਿੱਛੇ ਰਚਨਾ ਹੁੰਦੀ ਹੈ ਜਿਸ ਨੂੰ ਆਇਰਿਸ ਕਹਿੰਦੇ ਹਨ। ਇਹ ਗਹਿਰੇ ਰੰਗ ਦਾ ਇੱਕ ਡਾਇਫਰਾਮ ਹੁੰਦਾ ਹੈ ਜੋ ਪੁਤਲੀ ਦੇ ਆਕਾਰ ਨੂੰ, ਪੁਤਲੀ ਮੀਨਸ ਪਿਊਪਲ ਦੇ ਸਾਈਜ਼ ਨੂੰ ਨਿਯੰਤਰਿਤ ਕਰਦਾ ਹੈ। ਦੇਖੋ ਜਿਵੇਂ ਮੰਨ ਲਓ ਇਹ ਆਇਰਿਸ ਹੈ, ਇਹਦੇ ਪਿਛਲੇ ਪਾਸੇ ਲੈਂਸ ਹੈ, ਠੀਕ ਹੈ, ਇਹ ਕੀ ਆ ਆਇਰਿਸ, ਇਹ ਆਪਾਂ ਪੜ੍ਹਿਆ ਕੀ ਹੈ ਲੈਂਸ, ਅਤੇ ਆਹੜਾ ਹਿੱਸਾ ਜਿਹੜਾ ਚ ਗੈਪ ਹੈ ਆਇਰਿਸ ਵਿਚਕਾਰ, ਦੈਟ ਇਜ਼ ਕਾਲਡ ਐਸ ਦਾ ਪਿਊਪਲ। ਜਦੋਂ ਆਇਰਿਸ
मान लो लागे लागे आ गया, ये रस्ता घट गया, पीपल का आकार साइज घट गया, उदों थोड़ी लाइट अंदर एंटर कर सकती है। जदों ये आयरिस जो दूर हो जाता है, पीपल का आकार बढ़ गया, लाइट ज़्यादा एंटर कर सकती है। जिमें देखो रात के टाइम पर आयरिस दूर हो जाता है, क्योंकि रात टाइम पर अपना पता भी लाइट घट है, तो पीपल का आकार बढ़ जाता है, ताकि वक्त तो वक्त लाइट अंदर जा सके, आपको चीज़ वधिया दिख सके। दिन के टाइम पर जरा वा अपन घट रोशनी की लोड़ होती है, ठीक है, उदो यदा जरा वा जाने कि प्यू आयरिस की करता है, ये पीपल के साइज को कंट्रोल करता है। देखो आयरिस गहरे रंग का पेशीदार डायफ्राम होता है, ठीक है, मतलब एक डार्क मस्कुलर मसल्स का बनया, पेशियां का बनया डायफ्राम है, विच कंट्रोल्स द साइज ऑफ द प्यूपिल। आयरिस ये की करता है, ये पुतली जड़ी प्यूपल है, ये अख विच प्रवेश करने वाले प्रकाश की मात्रा नू रेगुलेट करती है। हुण प्यूपल दे साइज केड़ा होगा उहदे उपर डिपेंड करेगा भी अंदर किन्ना लाइट जाएगा, ठीक है। नेत्र लेंस रेटना उत्ते किसी वस्तु का उल्टा हो, जो नेत्र लेंस है उसमें लाइट जो पास करती है ना, तो अपने रेटना के उपर कड़ा इमेज बनता वा, रीयल तो इनवर्टेड। आप अगे पढ़ चुके रीयल इमेज हमेशा की होंगे वा, इनवर्टेड इमेज होंगे वा। उस तो बाद फिर जो संदेश है, ये फिर एक नाड़ी होंगी है, जिन्होंने आप कहने ऑप्टिक नाड़ी या प्रकाशी नस, जो देखो जो डायग्राम च बनी है, ये जी प्रकाशी नस है, ये मैसेज लैके तो फिर कितने जाती है, ब्रेन पे। ये मैसेज किनू पहुँच गया, साढ़े दिमाग नू, ब्रेन नू, ते आपां नू वो वाली जी ऑब्जेक्ट है फिर आपां नू दिखाई दिंदी है, ठीक है। ये दो तरह के फ्लूड हैं, एक है जिहड़ा लेंस जो इस पासे है, जिन्हों आपां एक्वस ह्यूमर कहने, ठीक है, तो एक इधरले पासे जिन्हों आपां कहने विट्रस ह्यूमर, ये अख नू कहो सुखन तो बचाउण दे सहायता करते हैं। हम गल समझ लगी मेन चीज़ की। इस तरह ही लेंस के उपरले पासे इतने अपने को है सीलरी पेशी, जिन्होंने आप इंग्लिश कहने सीलरी मसल्स। सीलरी मसल्स, सीलरी मसल्स का की काम है, इन्हों तुम हम अगर जाके दस दम सीलरी मसल्स का की काम है। उस तो पहले देखो कि लेंस के मेन पार्ट की हैं, जोड़ा बल्ज पार्ट है, ट्रांसपेरेंट पार्ट है, जितों लाइट एंटर करती है, उन्होंने आप कहने कॉर्निया। उस तो बाद अगे है आयरिस, आयरिस के विच की है पुतली, जां जिन्हों आप कहने प्यूपल, प्यूपल जोड़ा है, ये लाइट किन्नी पास करनी अख विचों, ये उपर निर्भर करता है। ये साइज में कौन कंट्रोल करता है, आयरिस। आयरिस मैं तुम दस चुका भी किमें ये साइज में कंट्रोल करते हैं। अगे जाके लाइट कितने वजी, लेंस, तो लेंस फिर उस प्रकाश के किरण जिस बिंदु से केंद्रित करता, हम आप कहने रैटिना, ठीक है। तो रैटिना तो संदेश अगे कौन लैके जाती है, प्रकाशी नाड़ी या ऑप्टिक नर्व ब्रेन। रैटना के लागे जो अख का सब तो संवेदनशील पार्ट है रैटना के बीच एक पॉइंट होंगे है, जिसन पीला बिंदु कहते हैं या येलो स्पॉट। की कहते हैं, पीला बिंदु या येलो स्पॉट। ये अख का सब तो वध संवेदनशील भाग है। इस तरह ही ये एक ब्लाइंड स्पॉट ही होंगे है, ब्लाइंड स्पॉट जिन्होंने अंत बिंदु कहने हाँ, वो पार्ट है भी जिथे जो लाइट दिरण मिलती हैं, तो फिर कोई भी प्रतिबिंब जरा नहीं बनता है। तो यह तो होगा मनुखी अख के स्ट्रक्चर के बारे, वो बारे आप जो पढ़िए तो यह की करता है, तुम्हें पता ही है उम्र के नाल दे नाल कई बार क्या होता है, अखा की जी वेखन की शक्ति ये घट जाती है, कई लागे चीज़ा दिखाई नहीं दिंदियां, किसी दूर की चीज़ा दिखाई नहीं दिंदियां। ये क्यों होता है, यद कारण की है, ये आप जाके पढ़ा। हूँ आप जो टॉपिक पढ़न लगे हाँ, नैक्सट टॉपिक वो है अनुकूलन समर्था, जिन्होंने कहा जाता है इंग्लिश पावर ऑफ अकोमोडेशन ऑफ आई, अख की अनुकूलन समर्था। कहते हैं इन पावर ऑफ अकोमोडेशन ऑफ आई, मनुखी अख की अनुकूलन समर्था। तर मैं गल दसी सुनी सिलरी पेशे बारे, सिलरी मसल बारे मैं तुम्हें गल दसा ये बारे, सिलरी मसल्स की होंगे हैं। आंधे सिलरी मसल्स की हैं, अपना जो लेंस है ना, एक जैली वर्गे पदार्थ की बनया है, इसकी जी वक्रता जरा वा परिवर्तन, वक्रता होंगी है करवेचर, जो लेंस का करवेचर है, वो जी शेप है, उसके जो चेंज आनी वो सिलरी मसल्स के उपर डिपेंड करता है, तो ही वो फोकस दूरी परिवर्तित होंगी, फोकस दूरी बढ़ती या घटती है। जदों ये सिलरी मसल्स ढिलियां हो जाए, लूज हो जाए, तो नेत्र लेंस पतला हो जाता है। जदों नेत्र लेंस पतला हो जाएगा, मान लो ये नेत्र लेंस है, जो जिन्ना पतला हो जाएगा उन्नी वो फोकस दूरी बढ़ जाएगी, यानी कि किरणा दूर जाके मिलेंगी। तो जो ये नेत्र लेंस मोटा जाता है, इन मोटा पतला कौन करते हैं, सिलरी मसल्स, उदों वो जी फोकस दूरी वो घट जाती है, यानी कि किरणा जड़ियाँ वो लागे आन के मिलती हैं।
ਲਿਖਿਆ ਵਾ ਜਦੋਂ ਪੇਸ਼ੀਆਂ ਢਿੱਲੀਆਂ ਹੋ ਜਾਂਦੀਆਂ ਹਨ ਤਾਂ ਨੇਤਰ ਲੈਂਸ ਪਤਲਾ ਹੋ ਜਾਂਦਾ ਹੈ, ਫੋਕਸ ਦੂਰੀ ਵੱਧ ਜਾਂਦੀ ਹੈ। ਇਸ ਸਥਿਤੀ ਵਿੱਚ ਅਸੀਂ ਦੂਰ ਪਈਆਂ ਵਸਤੂਆਂ ਨੂੰ ਵੇਖ ਸਕਦੇ ਹਾਂ। ਜਦੋਂ ਅਸੀਂ ਅੱਖ ਦੇ ਨੇੜੀਆਂ ਵਸਤੂਆਂ ਨੂੰ ਵੇਖਣਾ ਹੁੰਦਾ ਹੈ ਤਾਂ ਇਹ ਪੇਸ਼ੀਆਂ ਸੁੰਗੜ ਜਾਂਦੀਆਂ ਹਨ, ਕੰਟਰੈਕਟ ਕਰ ਜਾਂਦੀਆਂ ਹਨ, ਨੇਤਰ ਲੈਂਸ ਦੀ ਕਰਵੇਚਰ ਵੱਧ ਜਾਂਦੀ ਹੈ, ਲੈਂਸ ਮੋਟਾ ਜਾਂਦਾ ਹੈ। ਇਸ ਦੇ ਨਾਲ ਫੋਕਸ ਦੂਰੀ ਘੱਟ ਜਾਂਦੀ ਹੈ ਅਤੇ ਆਪਾਂ ਲਾਗੇ ਪਈਆਂ ਜਾਂ ਨੇੜੇ ਪਈਆਂ ਵਸਤੂਆਂ ਨੂੰ ਜਿਹੜਾ ਆਰਾਮ ਨਾਲ ਵੇਖ ਸਕਦੇ ਹਾਂ। ਯਾਨੀ ਕਿ ਆਪਾਂ ਦੂਰ ਦੀ ਚੀਜ਼ ਦੇਖਣੀ ਜਾਂ ਲਾਗੇ ਦੀ ਚੀਜ਼ ਦੇਖਣੀ, ਇਹ ਡਿਪੈਂਡ ਕਿਤੇ ਕਰਦਾ ਹੈ ਸਾਡੀ ਜਿਹੜੀ ਆ ਸਿਲਦਰੀ ਮਸਲਸ ਦੇ ਉੱਪਰ, ਅਤੇ ਇਸ ਨੂੰ ਕਹਿੰਦੇ ਹਨ ਪਾਵਰ ਆਫ ਅਕੋਮੋਡੇਸ਼ਨ ਆਫ ਆਈ, ਅਨੁਕੂਲਨ ਸਮਰਥਾ। ਇਹ ਆਪਣੇ ਆਪ ਹੀ ਦੇਖੋ ਕੰਮ ਕਰਦੇ, ਆਪਾਂ ਲਾਗੇ ਦੇਖ ਰਹੇ ਹਾਂ, ਸਾਨੂੰ ਲਾਗੇ ਚੀਜ਼ ਦਿਖਾਈ ਦੇ ਰਹੀ ਹੈ, ਅਸੀਂ ਦੂਰ ਦੇਖਦੇ ਹਾਂ ਆਪਾਂ ਨੂੰ ਦੂਰ ਵੀ ਵਸਤੂ ਦਿਖਾਈ ਦਿੰਦੀ ਹੈ, ਠੀਕ ਹੈ। ਇਹ ਸਭ ਕਹਿੰਦੇ ਪਾਵਰ ਆਫ ਅਕੋਮੋਡੇਸ਼ਨ ਆਫ ਆਈ। ਇਸ ਤੋਂ ਬਾਅਦ ਹੁੰਦਾ ਹੈ ਜਿਹਨੂੰ ਆਪਾਂ ਦੋ ਪੜ੍ਹਨੀਆਂ ਚੀਜ਼ਾਂ, ਇੱਕ ਆਪਣਾ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ, ਠੀਕ ਹੈ, ਜਿਹਨੂੰ ਆਪਾਂ ਨੀਅਰ ਪੁਆਇੰਟ ਵੀ ਕਹਿ ਦਿੰਦੇ ਹਾਂ, ਇੱਕ ਆਪਾਂ ਪੜ੍ਹਨਾ ਫਾਰ ਪੁਆਇੰਟ। ਹੁਣ ਦੇਖੋ ਆਪਾਂ ਕਈ ਵਾਰੀ ਕਿਤਾਬ ਲੈ ਕੇ ਪੜ੍ਹਦੇ ਹਾਂ ਬੇਟਾ, ਅਤੇ ਜਦੋਂ ਆਪਾਂ ਕਿਤਾਬ ਲਾਗੇ ਲੈ ਕੇ ਰੱਖਦੇ ਹਾਂ ਨਾ, ਅਤੇ ਆਪਾਂ ਜੇ ਕਿਤਾਬ ਬਹੁਤ ਜ਼ਿਆਦਾ ਆਪਣੇ ਲਾਗੇ ਲਾਈਏ ਤਾਂ ਆਪਾਂ ਨੂੰ ਕਈ ਵਾਰੀ ਕਲੀਅਰ ਦਿਖਾਈ ਨਹੀਂ ਦਿੰਦਾ। ਜਿਹੜੀ ਆਪਣੀ ਨੀਅਰ ਪੁਆਇੰਟ, ਜਿਹੜਾ ਆਪਣਾ ਨਿਕਟ ਬਿੰਦੂ ਆ, ਯਾਨੀ ਘੱਟ ਤੋਂ ਘੱਟ ਆਪਣਾ ਜਿਹੜਾ ਦੂਰੀ ਚਾਹੀਦੀ ਆ ਸਾਡੇ ਵਿੱਚ, ਅਤੇ ਜਿਸ ਵਸਤੂ ਨੂੰ ਆਪਾਂ ਦੇਖ ਰਹੇ ਹਾਂ ਉਹਨੂੰ, ਉਹ ਹੁੰਦਾ ਕਿੰਨਾ, 25 ਸੈਂਟੀਮੀਟਰ, ਠੀਕ ਆ। ਅਤੇ ਇਹਨੂੰ ਵੈਸੇ ਕਹਿੰਦੇ ਆ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ, ਜਿਹੜੀ ਨਿਊਨਤਮ ਦੂਰੀ ਜਿਸ ਉੱਤੇ ਰੱਖੀ ਕੋਈ ਵਸਤੂ ਬਿਨਾਂ ਕਿਸੇ ਤਣਾਓ ਦੇ ਸਾਨੂੰ ਸਾਫ਼ ਸਪਸ਼ਟ ਦਿਖਾਈ ਦੇਵੇ, ਉਸ ਨੂੰ ਸਪਸ਼ਟ ਦੂਰੀ ਦੀ ਦ੍ਰਿਸ਼ਟੀ ਦੀ ਨਿਊਨਤਮ ਦੂਰੀ, ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਕਹਿੰਦੇ ਹਨ, ਤਾਂ ਉਹ ਕਿੰਨੀ ਹੈ, 25 ਸੈਂਟੀਮੀਟਰ। ਯਾਨੀ ਕਿ ਆਪਾਂ ਜੇ ਫੋਟੋ ਕਿਤਾਬ ਪੜ੍ਹਨੀ ਹੈ ਅੱਜ ਅਤੇ ਸਾਡੀ ਅੱਖ ਵਿੱਚ, ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਘੱਟ ਤੋਂ ਘੱਟ 25 ਸੈਂਟੀਮੀਟਰ ਦੀ ਦੂਰੀ ਜਿਹੜੀ ਚਾਹੀਦੀ ਹੈ। ਜੇ ਲਾਗੇ ਲਵਾਂਗੇ ਤਾਂ ਆਪਣੀ ਅੱਖ ਨੂੰ ਜ਼ੋਰ ਪਏਗਾ, ਸਟ੍ਰੇਨ ਪਏਗਾ, ਦੂਰ ਲੈ ਕੇ ਜਾਵਾਂਗੇ ਤਾਂ ਫਿਰ ਵੀ ਆਪਾਂ ਨੂੰ ਕਲੀਅਰਲੀ ਦਿਖਾਈ ਨਵੀਂ ਦੇਵੀ ਦੇਗੀ। ਇਸੇ ਤਰ੍ਹਾਂ ਹੀ ਜਿਹੜੀ ਆਪਣੀ ਨਿਕਟ ਬਿੰਦੂ ਦੀ ਅੱਖ ਤੋਂ ਦੂਰੀ ਲਗਭਗ 25 ਸੈਂਟੀਮੀਟਰ ਹੈ, ਅਤੇ ਜਿਹੜੀ ਦੂਰਤਮ ਬਿੰਦੂ ਜਿਸ ਤੱਕ ਕੋਈ ਅੱਖ ਕਿਸੇ ਵਸਤੂ ਨੂੰ ਸਾਫ਼ ਸਪਸ਼ਟ ਵੇਖ ਸਕਦੀ ਹੈ, ਉਸ ਨੂੰ ਅੱਖ ਦਾ ਦੂਰ ਬਿੰਦੂ ਜਾਂ ਫਾਰ ਪੁਆਇੰਟ ਕਿਹਾ ਜਾਂਦਾ ਹੈ। ਵੀ ਜਿੰਨੀ ਆਪਾਂ ਦੂਰ ਤੱਕ ਵੱਧ ਤੋਂ ਵੱਧ ਦੇਖ ਸਕਦੇ ਹਾਂ ਮੈਕਸੀਮਮ, ਦੈਟ ਇਜ਼ ਕਾਲਡ ਐਜ਼ ਦਾ ਫਾਰ ਪੁਆਇੰਟ, ਅਤੇ ਉਹ ਕਿੰਨਾ ਹੈ, ਇਨਫਿਨਿਟੀ ਅਨੰਤ। ਕਹਿਣ ਦਾ ਮਤਲਬ ਆ ਕਿ ਇੱਕ ਜਿਹੜੀ ਕੋਈ ਨੋਰਮਲ ਆਈ ਹੈ ਜਿਹੜੀ ਮਨੁੱਖ ਦੀ, ਇਹ 25 ਸੈਂਟੀਮੀਟਰ ਤੋਂ ਲੈ ਕੇ ਇਨਫਿਨਿਟੀ ਦੂਰੀ ਤੱਕ ਰੱਖੀਆਂ ਸਾਰੀਆਂ ਵਸਤੂਆਂ ਨੂੰ ਸਪਸ਼ਟ ਵੇਖ ਸਕਦੀ ਹੈ। ਨੋਰਮਲ ਆਈ ਦੈਟ ਇਜ਼ ਏਬਲ ਟੂ ਸੀ ਕਲੀਅਰਲੀ ਦਾ ਓਬਜੈਕਟਸ ਵਿਚ ਆਰ ਬਿਟਵੀਨ 25 ਸੈਂਟੀਮੀਟਰ ਐਂਡ ਦਾ ਇਨਫਿਨਿਟੀ, ਉਹਦੇ ਵਿੱਚ ਆਪਾਂ ਉਹਨਾਂ ਨੂੰ ਕਲੀਅਰਲੀ ਦੇਖ ਸਕਦੇ ਹਾਂ। ਹੁਣ ਉਮਰ ਦੇ ਨਾਲ ਨਾਲ ਕੁਝ ਵਿਅਕਤੀਆਂ ਦਾ ਕ੍ਰਿਸਟਲੀ ਲੈਂਸ, ਜਿਹੜਾ ਲੈਂਸ ਆਪਾਂ ਪੜਿਆ ਸੀ, ਇਹ ਦੁਧੀਆ ਹੋ ਜਾਂਦਾ ਹੈ, ਯਾਨੀ ਕਿ ਮਿਲਕੀ ਹੋ ਜਾਂਦਾ ਹੈ, ਕਲਾਉਡੀ ਹੋ ਜਾਂਦਾ ਹੈ, ਧੁੰਦਲਾ ਜਾਂਦਾ ਹੈ, ਉਸ ਨੂੰ ਆਪਾਂ ਕਹਿੰਦੇ ਹਾਂ ਕੈਟਰੈਕਟ ਜਾਂ ਮੋਤੀਆਬਿੰਦ। ਅਤੇ ਇਹ ਜ਼ਿਆਦਾ ਦੇਰ ਜੇ ਆਪਾਂ ਇਹਨੂੰ ਇਲਾਜ ਨਹੀਂ ਕਰਦੇ ਤਾਂ ਫਿਰ ਕਈ ਵਾਰੀ ਪੂਰੀ ਤਰ੍ਹਾਂ ਅੱਖੋਂ ਜਿਹੜਾ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ। ਪਰ ਹੁਣ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਸਰਜਰੀ ਤੋਂ ਬਾਅਦ, ਓਪਰੇਸ਼ਨ ਤੋਂ ਬਾਅਦ ਅੱਖ ਦੀ ਨਜ਼ਰ ਜਿਹੜੀ ਆ ਉਹਨੂੰ ਦੁਬਾਰਾ ਠੀਕ ਕੀਤਾ ਜਾਣਾ ਬਹੁਤ ਜ਼ਿਆਦਾ ਸੰਭਵ ਹੈ। ਹੁਣ ਤੁਸੀਂ ਕਦੀ ਧਿਆਨ ਕੀਤਾ, ਜੇ ਤੁਸੀਂ ਕਦੀ ਥੀਏਟਰ 'ਚ ਜਾਓ ਅਤੇ ਜਦੋਂ ਆਪਾਂ ਥੀਏਟਰ 'ਚ ਐਂਟਰ ਕਰਦੇ ਹਾਂ ਜਿੱਥੇ ਕਿ ਬਿਲਕੁਲ ਹਨੇਰਾ ਹੁੰਦਾ ਹੈ, ਬਿਲਕੁਲ ਡਾਰਕ ਹੈ, ਅਤੇ ਆਪਾਂ ਨੂੰ ਅੰਦਰ ਐਂਟਰ ਕਰਕੇ ਥੋੜ੍ਹਾ ਟਾਈਮ, ਆਪਾਂ ਕਹਿੰਦੇ ਕੁਝ ਸਮੇਂ ਵਾਸਤੇ, ਆਪਾਂ ਨੂੰ ਕੁਛ ਵੀ ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਜਦੋਂ ਆਪਾਂ ਹਨੇਰੇ ਵਾਲੇ ਕਮਰੇ 'ਚੋਂ ਬਾਹਰ ਆਉਂਦੇ ਹਾਂ ਜਿੱਥੇ ਸੂਰਜ ਹੁੰਦਾ ਹੈ, ਲਾਈਟ ਹੁੰਦੀ ਹੈ, ਉੱਥੇ ਵੀ ਆਪਾਂ ਨੂੰ ਕੁਝ ਸਮੇਂ ਵਾਸਤੇ ਸਾਡੀ ਅੱਖਾਂ ਨਹੀਂ ਖੁੱਲ੍ਹਦੀਆਂ, ਕਿਉਂਕਿ ਕੁਝ ਸਮਾਂ ਜਿਹੜੀਆਂ ਅੱਖਾਂ ਆਪਣੇ ਆਪ ਨੂੰ ਅਡੈਪਟ ਕਰਦੀਆਂ ਹਨ, ਇੱਕਦਮ ਲਾਈਟ 'ਚੋਂ ਹਨੇਰੇ 'ਚ ਵੇਖਣਾ ਜਾਂ ਹਨੇਰੇ ਤੋਂ ਲਾਈਟ ਵਿੱਚ ਜਾਣਾ, ਅਤੇ ਕੁਝ ਸਮਾਂ ਸਾਨੂੰ ਇਹਨੂੰ ਵੇਖਣ ਵਾਸਤੇ ਲੱਗਦਾ ਹੈ, ਠੀਕ ਹੈ। ਜੇ ਉਹ ਆਪਾਂ ਨੂੰ ਮਤਲਬ ਇੱਕ ਤਰ੍ਹਾਂ ਦੀ ਸਾਡੀ ਜਿਹੜੀ ਅਡੈਪਟੇਸ਼ਨ ਹੋਣ ਲੱਗੀਆਂ, ਕੁਝ ਸਮਾਂ ਲੱਗਦਾ, ਅਤੇ ਫਿਰ ਆਪਾਂ ਨੂੰ ਉਹ ਚੀਜ਼ ਜਿਹੜੀ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਇਸੇ ਤਰ੍ਹਾਂ ਹੀ ਆਪਾਂ ਆਪਣੀਆਂ ਹੋਰ ਵੀ ਪੜ੍ਹਦੇ ਨੇ ਕਲਾਸਿਸ ਵਿੱਚ, ਜਿਹਨੂੰ ਆਪਾਂ ਕਹਿੰਦੇ ਹਾਂ ਅੰਦਰਾਤਾ ਹੋ ਜਾਂਦਾ ਹੈ, ਚਲੋ ਉਹ ਤਾਂ ਵਿਟਾਮਿਨ ਏ ਦੀ ਕਮੀ ਦੇ ਕਰਕੇ ਹੁੰਦਾ ਹੈ, ਠੀਕ ਹੈ, ਰਾਤ ਦੇ ਸਮੇਂ ਦੇ ਉੱਪਰ ਘੱਟ ਦਿਖਾਈ ਦੇਣਾ। ਹੁਣ ਕੁਦਰਤ ਨੇ ਸਾਡੀ ਅੱਖਾਂ ਨੂੰ ਇਸ ਹਿਸਾਬ ਨਾਲ ਬਣਾਇਆ ਹੈ ਕਿ ਆਪਣੇ ਵਿੱਚ ਜਿਹੜਾ 3D ਆਪਾਂ ਇਮੇਜ ਬਣਦਾ ਹੈ, ਜਿਹੜੇ ਆਪਾਂ ਵਸਤੂਆਂ ਨੂੰ ਦੇਖੋ, ਜਿਹੜੇ ਆਪਾਂ ਕਿਤਾਬ ਦੇ ਉੱਪਰ ਚੀਜ਼ਾਂ ਪੜ੍ਹਦੇ ਹਾਂ ਨਾ, ਇਹ 2D ਹਨ, ਐਕਸ ਐਕਸਿਸ ਅਤੇ ਵਾਈ ਐਕਸਿਸ, ਜਿਹੜੀ ਚੀਜ਼ ਆਪਾਂ ਦੇਖਦੇ ਹਾਂ ਸਾਹਮਣੇ ਉਹ ਜਿਹੜੀ ਕੀ ਆ 3D ਚੀਜ਼ ਆ। ਤਾਂ ਅੱਖਾਂ ਸਾਡੀਆਂ ਇਸ ਹਿਸਾਬ ਨਾਲ ਬਣੀਆਂ ਹਨ ਕਿ ਆਪਾਂ ਨੂੰ ਵਸਤੂ ਦਾ ਜਿਹੜਾ ਪ੍ਰਤੀਬਿੰਬ ਦਿਖਾਈ ਦਿੰਦਾ, ਜਿਹੜਾ ਚੀਜ਼ ਦਿਖਾਈ ਦਿੰਦੀ ਹੈ, ਬਿਲਕੁਲ 3D ਹੁੰਦੀ ਹੈ। ਹੁਣ ਅਗਲਾ ਟੋਪਿਕ ਹੈ ਦ੍ਰਿਸ਼ਟੀ ਦੋਸ਼ ਅਤੇ ਉਹਨਾਂ ਦਾ ਸੁਧਾਰ, ਡਿਫੈਕਟਸ ਆਫ ਵਿਜ਼ਨ ਐਂਡ ਦੇਅਰ ਕਰੈਕਸ਼ਨ। ਜਿਹੜੇ ਅੱਖਾਂ ਦੇ ਵਿੱਚ ਕਿਹੜੇ ਕਿਹੜੇ ਡਿਫੈਕਟਸ ਹੁੰਦੇ ਹਨ,
ਉਹਨਾਂ ਨੂੰ ਕਿਵੇਂ ਠੀਕ ਕੀਤਾ ਜਾਂਦਾ ਹੈ। ਠੀਕ ਹੈ, ਤੁਹਾਨੂੰ ਇਹ ਪਤਾ ਹੀ ਹੈ, ਤੁਸੀਂ ਆਪਣੇ ਘਰ ਵਿੱਚ ਆਪਣੇ ਮੰਮੀ ਡੈਡੀ ਨੂੰ ਦਾਦਾ ਦਾਦੀ ਨੂੰ ਐਨਕਾਂ ਲਗਾਈ ਦੇਖਿਆ ਹੋਵੇਗਾ, ਜਾਂ ਕਈ ਵਾਰੀ ਤੁਸੀਂ ਦੇਖਦੇ ਹੋ ਤੁਹਾਨੂੰ ਵੀ ਐਨਕਾਂ ਲੱਗ ਜਾਂਦੀਆਂ ਹਨ। ਠੀਕ ਹੈ, ਬੱਚਿਆਂ ਨੂੰ ਛੋਟੀ ਉਮਰ ਐਨਕਾਂ ਲੱਗ ਜਾਂਦੀਆਂ ਹਨ, ਇਹ ਹੁੰਦੀ ਹੈ ਦ੍ਰਿਸ਼ਟੀ ਦੋਸ਼। ਠੀਕ ਹੈ, ਡਿਫੈਕਟਸ ਆਫ ਵਿਜ਼ਨ, ਉਹਨਾਂ ਨੂੰ ਕਿਉਂ ਹੁੰਦੇ ਹਨ ਅਤੇ ਉਹਨਾਂ ਨੂੰ ਕਿਵੇਂ ਠੀਕ ਰਹਿਣਾ ਹੈ, ਉਹ ਆਪਾਂ ਅੱਜ ਪੜ੍ਹਦੇ ਹਾਂ ਅਤੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਮਨੁੱਖ ਵਿੱਚ ਵੈਸੇ ਆਮ ਤੌਰ 'ਤੇ ਜਿਹੜੇ ਤਿੰਨ ਤਰ੍ਹਾਂ ਦੇ ਜਿਹੜੇ ਆਮ ਅਪਵਰਤਨ ਦ੍ਰਿਸ਼ਟੀ ਦੋਸ਼ ਹਨ, ਇੱਕ ਤਾਂ ਹੈ ਨਿਕਟ ਦ੍ਰਿਸ਼ਟੀ ਦੋਸ਼, ਜਿਸਨੂੰ ਕਿਹਾ ਜਾਂਦਾ ਹੈ ਮਿਊਪੀਆ, ਸੈਕਿੰਡ ਹੈ ਦੂਰ ਦ੍ਰਿਸ਼ਟੀ ਦੋਸ਼ ਜਿਹਨੂੰ ਕਹਿੰਦੇ ਹਾਈਪਰਮੈਟਰੋਪੀਆ, ਅਤੇ ਥਰਡ ਹੈ ਜ਼ਰਾ ਦੂਰ ਦ੍ਰਿਸ਼ਟੀ ਦੋਸ਼, ਦੈਟ ਇਜ਼ ਕਾਲਡ ਐਜ਼ ਦਾ ਪ੍ਰੈਸਬਿਓਪੀਆ। ਇਹ ਤਿੰਨ ਤਰ੍ਹਾਂ ਦੇ ਦੋਸ਼ ਹਨ, ਮਿਊਪੀਆ, ਹਾਈਪਰਮੈਟਰੋਪੀਆ ਐਂਡ ਪ੍ਰੈਸਬਿਓਪੀਆ। ਹੁਣ ਇਹਨਾਂ ਤਿੰਨਾਂ ਦੋਸ਼ਾਂ ਨੂੰ ਠੀਕ ਕੀਤਾ ਜਾਂਦਾ ਹੈ, ਕਿਹੜੇ ਲੈਂਸ ਵਰਤਣੇ ਹਨ ਠੀਕ ਕਰਨ ਵਾਸਤੇ, ਇਹ ਦੋਸ਼ ਦਾ ਕਾਰਨ ਕੀ ਹੈ, ਇਹ ਕਿਉਂ ਹੁੰਦੇ ਹਨ, ਉਹਨਾਂ ਬਾਰੇ ਆਪਾਂ ਡਿਟੇਲ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਜੇ ਆਪਾਂ ਸਭ ਤੋਂ ਪਹਿਲਾਂ ਚੋਂ ਗੱਲ ਕਰੀਏ, ਜਿਹੜਾ ਸਭ ਤੋਂ ਪਹਿਲਾਂ ਦੋਸ਼ ਹੈ ਦੈਟ ਇਜ਼ ਮਿਊਪੀਆ, ਇਹਨੂੰ ਨਿਕਟ ਦ੍ਰਿਸ਼ਟੀ ਦੋਸ਼ ਕਹਿੰਦੇ ਹਨ, ਜਾਂ ਜਿਹੜਾ ਮਿਊਪੀਆ ਹੈ ਇਸਦਾ ਦੂਸਰਾ ਨਾਮ ਹੈ ਸ਼ੋਰਟ ਸਾਈਟਡਨੈਸ ਜਾਂ ਨੀਅਰ ਸਾਈਟਡਨੈਸ ਵੀ ਕਹਿ ਦਿੰਦੇ, ਸ਼ੋਰਟ ਸਾਈਟਡਨੈਸ ਜਾਂ ਨੀਅਰ ਸਾਈਟਡਨੈਸ, ਅਤੇ ਜਾਂ ਇਹਨੂੰ ਕੀ ਕਹਿੰਦੇ ਮਿਊਪੀਆ। ਇਹ ਰੋਗ ਕੀ ਹੁੰਦਾ ਹੈ, ਦਿੱਤਾ ਇਹਨਾਂ ਅਸੀਂ ਨਿਕਟ ਦ੍ਰਿਸ਼ਟੀ ਦੋਸ਼ ਨੂੰ ਨਿਕਟ ਦ੍ਰਿਸ਼ਟਾ ਜਾਂ ਨੀਅਰ ਸਾਈਟਡਨੈਸ ਵੀ ਕਹਿੰਦੇ ਹਨ। ਨਿਕਟ ਦ੍ਰਿਸ਼ਟੀ ਦੋਸ਼ ਵਾਲਾ ਕੋਈ ਵਿਅਕਤੀ ਨੇੜੇ ਪਈਆਂ ਵਸਤੂਆਂ ਨੂੰ ਤਾਂ ਸਾਫ਼ ਦਿਖਾਈ ਦਿੰਦਾ ਹੈ, ਪਰੰਤੂ ਦੂਰ ਰੱਖੀਆਂ ਵਸਤੂਆਂ ਨੂੰ ਉਹ ਸਪਸ਼ਟਾ ਨਾਲ ਨਹੀਂ ਵੇਖ ਸਕਦਾ। ਯਾਨੀ ਕਿ ਲਾਗੇ ਪਈਆਂ ਚੀਜ਼ਾਂ ਦਿਖਾਈ ਦੇਣਗੀਆਂ, ਠੀਕ ਹੈ, ਪਰ ਦੂਰ ਪਈਆਂ ਵਸਤੂਆਂ ਦਿਖਾਈ ਨਹੀਂ ਦੇਣਗੀਆਂ। ਇੰਗਲਿਸ਼ ਆਪਾਂ ਪੜ੍ਹੀਏ ਤਾਂ ਮਿਊਪੀਆ ਇਜ਼ ਦੈਟ ਡਿਫੈਕਟ ਆਫ ਵਿਜ਼ਨ ਡਿਊ ਟੂ ਵਿਚ ਏ ਪਰਸਨ ਕੈਨ ਨੋਟ ਸੀ ਦਾ ਓਬਜੈਕਟਸ ਵਿਚ ਆਰ ਐਟ ਡਿਸਟੈਂਟ ਪੋਜੀਸ਼ਨ, ਆਲਦੋ ਹੀ ਕੈਨ ਸੀ ਦਾ ਨੀਅਰ ਓਬਜੈਕਟਸ ਕਲੀਅਰਲੀ। ਲਾਗੇ ਪਈਆਂ ਵਸਤੂਆਂ ਨੂੰ ਦਿਖਾਈ ਦੇ ਰਹੀਆਂ, ਪਰ ਜਿਹੜੀਆਂ ਦੂਸਰੀਆਂ ਦੂਰ ਪਈਆਂ ਵਸਤੂਆਂ ਨੂੰ ਦਿਖਾਈ ਨਹੀਂ ਦੇ ਰਹੀਆਂ। ਮਤਲਬ ਜੇ ਸਪੋਜ਼ ਕਰੋ ਕਿਸੇ ਬੱਚੇ ਨੂੰ ਕਲਾਸ ਵਿੱਚ ਬੈਠਾ ਵਾ ਅਤੇ ਉਹਨੂੰ ਜੇ ਮਿਊਪੀਆ ਹੋ ਗਿਆ ਵਾ, ਠੀਕ ਹੈ, ਅਤੇ ਉਹ ਜੇ ਸਭ ਤੋਂ ਪਿਛਲੇ ਬੈਂਚ 'ਤੇ ਬੈਠਾ ਵਾ, ਅਤੇ ਕਈ ਵਾਰੀ ਉਹਨੂੰ ਜਿਹੜਾ ਬਲੈਕ ਬੋਰਡ ਆ ਉਹ ਪੜ੍ਹਨ ਦੇ ਵਿੱਚ ਮੁਸ਼ਕਲ ਆਉਂਦੀ ਆ, ਉਹਨੂੰ ਨਹੀਂ ਪਤਾ ਲੱਗਦਾ ਵੀ ਇਹ ਬਲੈਕ ਬੋਰਡ ਦੇ ਉੱਪਰ ਟੀਚਰ ਜਿਹੜਾ ਉਹ ਕੀ ਲਿਖ ਰਿਹਾ ਵਾ। ਕਲੀਅਰ, ਹੁਣ ਇਸ ਰੋਗ ਦਾ ਕੀ ਕਾਰਨ ਹੈ, ਇਸਦੇ ਦੋ ਕਾਰਨ ਹਨ। ਪਹਿਲਾ ਕਾਰਨ ਹੈ ਨੇਤਰ ਲੈਂਸ ਦੀ ਵਕਰਤਾ ਦਾ ਵੱਧ ਜਾਣਾ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਇੰਗਲਿਸ਼ ਵਿੱਚ ਐਕਸੈਸਿਵ ਕਰਵੇਚਰ ਆਫ ਦਾ ਆਈ ਲੈਂਸ। ਕੀ ਕਾਰਨ ਕਰਨਾ ਹੈ, ਐਕਸੈਸਿਵ ਕਰਵੇਚਰ ਆਫ ਆਈ ਲੈਂਸ, ਪਹਿਲਾ ਕਾਰਨ ਇਹ ਆ। ਦੂਸਰਾ ਕਾਰਨ ਹੈ ਡੇਲੇ ਦਾ ਲੰਬਾ ਹੋ ਜਾਣਾ, ਦੈਟ ਇਜ਼ ਕਾਲਡ ਐਜ਼ ਇਲੋਂਗੇਸ਼ਨ ਆਫ ਆਈ ਬਾਲ, ਯਾਨੀ ਕਿ ਇਹ ਡੇਲਾ ਲੰਬਾ ਹੋ ਗਿਆ, ਇਲੋਂਗੇਸ਼ਨ ਆਫ ਆਈ ਬਾਲ। ਠੀਕ ਹੈ, ਜੇ ਆਪਾਂ ਡਿਟੇਲ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰੀਏ ਤਾਂ ਕੀ ਹੋਵੇਗਾ, ਅੰਦਰ ਹੁੰਦਾ ਕੀ ਹੈ, ਅਜਿਹੇ ਦੋਸ਼ ਯੁੱਧ ਵਿਅਕਤੀ ਦਾ ਦੂਰ ਬਿੰਦੂ ਅਨੰਤ ਉੱਤੇ ਨਾ ਹੋ ਕੇ ਨੇਤਰ ਦੇ ਨੇੜੇ ਆ ਜਾਂਦਾ ਹੈ। ਠੀਕ ਹੈ, ਵੈਸੇ ਆਪਾਂ ਪੜ੍ਹਿਆ ਸੀ ਨਹੀਂ ਵੀ ਜਿਹੜਾ ਇੱਕ ਨੀਅਰ ਪੁਆਇੰਟ 'ਤੇ ਇੱਕ ਆਪਾਂ ਪੜ੍ਹਿਆ ਸੀ ਨਾ ਫਾਰ ਪੁਆਇੰਟ, ਫਾਰ ਪੁਆਇੰਟ ਕੀ ਹੁੰਦਾ, ਨੋਰਮਲ ਆਈ ਦਾ, ਨੋਰਮਲ ਆਈ ਦਾ ਫਾਰ ਪੁਆਇੰਟ ਕੀ ਸੀ, ਇਨਫਿਨਿਟੀ। ਠੀਕ ਹੈ, ਅਤੇ ਨੀਅਰ ਪੁਆਇੰਟ ਕੀ ਸੀ, 25 ਸੈਂਟੀਮੀਟਰ। ਇਹਨਾਂ ਵਿਅਕਤੀਆਂ ਵਿੱਚ ਕੀ ਹੁੰਦਾ ਵਾ ਵੀ ਜਿਹੜਾ ਉਹਨਾਂ ਦਾ ਦੂਰ ਬਿੰਦੂ ਆ, ਜਿਹੜਾ ਫਾਰ ਪੁਆਇੰਟ ਆ, ਇਹ ਇਨਫਿਨਿਟੀ 'ਤੇ ਨਹੀਂ ਹੋ ਗਿਆ, ਇਨਫਿਨਿਟੀ ਦੇ ਨਾ ਹੋਣ ਦੀ ਬਜਾਏ ਆ ਦੇਖੋ ਵੈਸੇ ਜਿਹੜਾ ਫਾਰ ਪੁਆਇੰਟ ਚਾਹੀਦਾ ਇੱਥੇ। ਠੀਕ ਹੈ, ਇਹ ਜਿਹੜਾ ਹੁਣ ਉਹਦਾ ਮਤਲਬ ਇਨਫਿਨਿਟੀ ਦੇ ਨਾ ਹੋਣ ਦੇ ਕਰਕੇ ਉਹ ਜਿਹੜਾ ਆ ਗਿਆ ਪਹਿਲੋਂ ਆ ਗਿਆ, ਹੁਣ ਉੱਥੇ ਕੀ ਹੋਏਗਾ, ਜਿਹੜੀਆਂ ਲਾਈਟ ਰੇਸ ਹੋਣਗੀਆਂ ਉਹ ਰੈਟੀਨਾ ਤੋਂ ਪਹਿਲੋਂ ਮਿਲ ਜਾਣਗੀਆਂ। ਕਿੱਥੇ ਮਿਲਣਾ ਚਾਹੀਦੀਆਂ ਸੀ, ਰੈਟੀਨਾ 'ਤੇ, ਪਰ ਰੈਟੀਨਾ ਤੋਂ ਪਹਿਲੋਂ ਹੀ ਮਿਲ ਗਈਆਂ। ਠੀਕ ਹੈ, ਰੈਟੀਨਾ ਉੱਤੇ ਨਾ ਬਣ ਕੇ ਰੈਟੀਨਾ ਦੇ ਸਾਹਮਣੇ ਹੀ ਉਹਦਾ ਪ੍ਰਤੀਬਿੰਬ ਜਿਹੜਾ ਬਣਨਾ ਸ਼ੁਰੂ ਹੋ ਗਿਆ। ਅਤੇ ਇਸ ਨੂੰ ਠੀਕ ਕਰਨ ਵਾਸਤੇ ਜਿਹੜਾ ਆਪਾਂ ਲੈਂਸ ਵਰਤਦੇ ਹਾਂ ਉਹ ਕਿਹੜਾ ਲੈਂਸ ਹੈ, ਦੈਟ ਇਜ਼ ਕਨਕੇਵ ਲੈਂਸ ਜਾਂ ਅਵਤਲ ਲੈਂਸ। ਕਿਹੜਾ ਲੈਂਸ ਵਰਤਿਆ ਜਾਂਦਾ ਹੈ, ਕਨਕੇਵ ਲੈਂਸ ਔਰ ਜਾਂ ਅਵਤਲ ਲੈਂਸ। ਹੁਣ ਕਨਕੇਵ ਲੈਂਸ ਕੀ ਕਰਦਾ ਹੈ, ਇਹ ਪ੍ਰਕਾਸ਼ ਦੀਆਂ ਕਿਰਨਾਂ ਨੂੰ ਜਿਹੜਾ ਥੋੜ੍ਹਾ ਖਿਲਾਰ ਦਿੰਦਾ ਹੈ।
ਠੀਕ ਹੈ ਤਾਂ ਆਪਾਂ ਪੜ੍ਹਿਆ ਸੀ ਨਾ ਆਪਾਂ ਵੀ ਜਿਹੜਾ ਇਹ ਲੈਂਸ ਹੈ ਉਹ ਕੀ ਅਪਸਾਰੀ ਡਵਰਜਿੰਗ ਲੈਂਸ ਹੈ ਤੇ ਉਹ ਜਦੋਂ ਫਿਰ ਅੱਖ ਦੇ ਲੈਂਸ ਤੋਂ ਨਿਕਲਦੀਆਂ ਹਨ ਤੇ ਫਿਰ ਉਹ ਰੈਟਨਾ ਦੇ ਉੱਪਰ ਜਾ ਕੇ ਮਿਲਦੀਆਂ ਹਨ ਇਸ ਲੈਂਸ ਦੀ ਫੋਕਲ ਲੈਂਥ ਕਿੰਨੀ ਹੋਵੇਗੀ ਉਹ ਡਿਪੈਂਡ ਕਰਦਾ ਹੈ ਵੀ ਉਹਦੇ ਵਿੱਚ ਜਿਹੜਾ ਵਾ ਕਿੰਨਾ ਫਰਕ ਪਿਆ ਵਾ ਜਾਂ ਕਿਹੜੀਆਂ ਕਿਰਨਾਂ ਰੈਟਨਾ ਤੋਂ ਬਜਾਏ ਕਿੱਥੇ ਮਿਲ ਗਈਆਂ ਹਨ ਉਹ ਫਿਰ ਜਿਵੇਂ ਡਾਕਟਰ ਕੋਲ ਜਾਂਦੇ ਜੀ ਉਹ ਡਾਕਟਰ ਫਿਰ ਤੁਹਾਡਾ ਜਿਹੜਾ ਅੱਖਾਂ ਵਿੱਚ ਵੱਖ ਵੱਖ ਲੈਂਸ ਲਗਾ ਕੇ ਤੇ ਫਿਰ ਉਹਨੂੰ ਪਤਾ ਲੱਗਦਾ ਹੈ ਵੀ ਕਿੰਨੀ ਫੋਕਲ ਲੈਂਥ ਵਾਲਾ ਲੈਂਸ ਸਾਨੂੰ ਚਾਹੀਦਾ ਹੈ ਤੇ ਉਹ ਕੀ ਕਰਦਾ ਹੈ ਲੈਂਸ ਉਹ ਜਿਹੜੀਆਂ ਕਿਰਨਾਂ ਵਾ ਇਹ ਇਹਨਾਂ ਨੂੰ ਰੈਟਨਾ ਦੇ ਉੱਪਰ ਮਿਲਾਉਣ ਦੇ ਵਿੱਚ ਮਦਦ ਕਰਦਾ ਹੈ ਜਦੋਂ ਰੈਟਨਾ ਦੇ ਉੱਪਰ ਇਹ ਮਿਲ ਜਾਣਗੀਆਂ ਤੇ ਆਟੋਮੈਟਿਕਲੀ ਸਾਨੂੰ ਜਿਹੜਾ ਦਿਸਣਾ ਸ਼ੁਰੂ ਹੋ ਜਾਏਗਾ ਯਾਨੀ ਕਿ ਸਹੀ ਪਾਵਰ ਵਾਲਾ ਆਪਦਾ ਲੈਂਸ ਵਰਤ ਕੇ ਅਸੀਂ ਮਿਓਪੀਆ ਜਿਹੜਾ ਰੋਗ ਹੈ ਉਹ ਤੋਂ ਛੁਟਕਾਰਾ ਪਾ ਸਕਦੇ ਹਾਂ ਦੂਸਰਾ ਹੁੰਦਾ ਹੈ ਦੂਰ ਦ੍ਰਿਸ਼ਟੀ ਦੋਸ਼ ਠੀਕ ਹੈ ਜਿਹਨੂੰ ਆਪਾਂ ਕੀ ਕਹਿੰਦੇ ਸੀ ਹਾਈਪਰਮੈਟ੍ਰੋਪੀਆ ਠੀਕ ਹੈ ਇਹ ਇਸ ਤੋਂ ਉਲਟਿਆ ਦੂਰ ਦ੍ਰਿਸ਼ਟੀ ਦੋਸ਼ ਕੀ ਹੈ ਇਹਦੇ ਵਿੱਚ ਦੂਰ ਪਈਆਂ ਵਸਤੂਆਂ ਨੂੰ ਵਿਅਕਤੀ ਸਪਸ਼ਟ ਵੇਖ ਸਕਦਾ ਹੈ ਪਰੰਤੂ ਨੇੜੇ ਪਈਆਂ ਵਸਤੂਆਂ ਨੂੰ ਜਿਹੜਾ ਉਹ ਸਾਫ਼ ਦਿਖਾਈ ਨਹੀਂ ਦੇਖ ਸਕਦਾ ਮਤਲਬ ਹਾਈਪਰਮੈਟ੍ਰੋਪੀਆ ਇਜ਼ ਦੈਟ ਡਿਫੈਕਟ ਆਫ ਵਿਜ਼ਨ ਡਿਊ ਟੂ ਵਿਚ ਪਰਸਨ ਕੈਨ ਨਾਟ ਸੀ ਦਾ ਨੀਅਰ ਬਾਈ ਆਬਜੈਕਟਸ ਕਲੀਅਰਲੀ ਆਲਦੋ ਹੀ ਕੈਨ ਸੀ ਦਾ ਡਿਸਟੈਂਸ ਆਬਜੈਕਟਸ ਕਲੀਅਰਲੀ ਠੀਕ ਹੈ ਕਹਿਣ ਦਾ ਮਤਲਬ ਹੈ ਵੀ ਜੇ ਹੁਣ ਕਿ ਬੱਚੇ ਇਸ ਕਿਸੇ ਨੂੰ ਇਹ ਰੋ ਗਿਆ ਅਤੇ ਉਹ ਮੰਨ ਲਓ ਕਿਤਾਬ ਉਹਦੇ ਲਾਗੇ ਪਈ ਆ ਅਤੇ ਸ਼ਾਇਦ ਉਹ ਕਿਤਾਬ ਨੂੰ ਨਹੀਂ ਪੜ੍ਹ ਸਕਦਾ ਠੀਕ ਹੈ ਪਰ ਜੇ ਕੋਈ ਥੋੜ੍ਹੀ ਦੂਰ ਬੱਸ ਜਾਣ ਦੀ ਆ ਤਾਂ ਉਹਦਾ ਨੰਬਰ ਆ ਮਤਲਬ ਨੰਬਰ ਪਲੇਟ ਆ ਅਤੇ ਨੰਬਰ ਕਈ ਵੀ ਉਹ ਪੜ੍ਹ ਲਏਗਾ ਪਰ ਲਾਗੇ ਪਈ ਕਿਤਾਬ ਉਹ ਉਹਨੂੰ ਪੜ੍ਹ ਨਹੀਂ ਸਕੇਗਾ ਗੱਲ ਸਮਝ ਲੱਗੀ ਨਾ ਲਾਗੇ ਪਈ ਚੀਜ਼ ਪੜ੍ਹੀ ਨਹੀਂ ਜਾ ਰਹੀ ਪਰ ਦੂਰ ਪਈ ਚੀਜ਼ ਜਿਹੜੀ ਉਹਨੂੰ ਉਹ ਦੇਖ ਸਕਦਾ ਇਹਨੂੰ ਕਹਿੰਦੇ ਦੂਰ ਦ੍ਰਿਸ਼ਟੀ ਦੋਸ਼ ਜਾਂ ਉਹਨੂੰ ਕਹਿੰਦੇ ਆ ਹਾਈਪਰਮੈਟ੍ਰੋਪੀਆ ਇਹ ਚ ਕੀ ਹੁੰਦਾ ਵਾ ਅਜਿਹੇ ਦੋਸ਼ ਯੁਕਤ ਵਿਅਕਤੀ ਦਾ ਨਿਕਟ ਬਿੰਦੂ ਸਧਾਰਨ ਬਿੰਦੂ 25 ਸੈਂਟੀਮੀਟਰ ਤੋਂ ਦੂਰ ਹੋ ਗਿਆ ਹੁਣ ਕੋ ਜੇ 25 ਸੈਂਟੀਮੀਟਰ ਹੁੰਦਾ ਫਿਰ ਤੁਹਾਨੂੰ ਦਿਸ ਜਾਣਾ ਸੀ ਬੜੇ ਆਰਾਮ ਨਾਲ ਨਿਕਟ ਬਿੰਦੂ ਪਰ ਉਹ ਬਿੰਦੂ ਮਤਲਬ ਇੱਥੇ ਚਾਹੀਦਾ ਸੀ ਆਪਾਂ ਨੂੰ ਠੀਕ ਆ ਪਰ ਉਹ ਬਿੰਦੂ ਹੋ ਗਿਆ ਦੂਰ ਹੋ ਗਿਆ ਹੁਣ ਜਦੋਂ ਉੱਥੋਂ ਜਦੋਂ ਦੂਰ ਹੋ ਗਿਆ ਜਿਹੜੀਆਂ ਪ੍ਰਕਾਸ਼ ਦੀਆਂ ਕਿਰਨਾਂ ਆਉਣਗੀਆਂ ਇਹ ਰੈਟਨਾ ਤੋਂ ਪਿੱਛੇ ਜਾ ਕੇ ਮਿਲਣਗੀਆਂ ਠੀਕ ਹੈ ਹੁਣ ਇਸ ਦਾ ਕਾਰਨ ਹੈ ਕਿ ਨੇੜੇ ਰੱਖੀ ਵਸਤੂ ਤੋਂ ਆਉਣ ਵਾਲੀਆਂ ਜਿਹੜੀਆਂ ਪ੍ਰਕਾਸ਼ ਕਿਰਨਾਂ ਇਹ ਰੈਟਨਾ ਦੇ ਪਿੱਛੇ ਫੋਕਸ ਹੁੰਦੀਆਂ ਹਨ ਇਹ ਰੈਟਨਾ ਤੋਂ ਪਿੱਛੇ ਜਾ ਕੇ ਮਿਲਦੀਆਂ ਹਨ ਹੁਣ ਸਾਨੂੰ ਉਹ ਵਾਲਾ ਲੈਂਸ ਚਾਹੀਦਾ ਹੈ ਜਿਹੜਾ ਇਹਨਾਂ ਕਿਰਨਾਂ ਨੂੰ ਕਨਵਰਜ ਕਰੇ ਤੇ ਰੈਟਨਾ ਦੇ ਉੱਪਰ ਮਿਲਾਉਣ 'ਚ ਮਦਦ ਕਰੇ ਤੇ ਕਨਵਰਜਿੰਗ ਲੈਂਸ ਕਿਹੜਾ ਹੁੰਦਾ ਹੈ ਕਨਵੈਕਸ ਲੈਂਸ ਤੁਹਾਨੂੰ ਪਤਾ ਹੀ ਆ ਪਿਛਲੇ ਚੈਪਟਰ 'ਚ ਪੜ੍ਹਿਆ ਸੀ ਆਪਾਂ ਜਿਹਨੂੰ ਆਪਾਂ ਕਿਹੜਾ ਲੈਂਸ ਕਹਿੰਦੇ ਹਾਂ ਉੱਤਰ ਲੈਂਸ ਉੱਤਰ ਲੈਂਸ ਦੀ ਮਦਦ ਦੇ ਨਾਲ ਉਹ ਜਿਹੜੀਆਂ ਉੱਤਰ ਲੈਂਸ ਕੀ ਕਰਦਾ ਹੈ ਉਹ ਉਹਨਾਂ ਪ੍ਰਕਾਸ਼ ਦੀਆਂ ਕਿਰਨਾਂ ਨੂੰ ਜਿਹੜਾ ਵਾ ਉਹ ਰੈਟਨਾ ਦੇ ਉੱਪਰ ਕੇਂਦਰਿਤ ਕਰਨ ਦੇ ਵਿੱਚ ਮਦਦ ਕਰਦਾ ਹੈ ਜਦੋਂ ਕਿਰਨਾਂ ਰੈਟਨਾ ਉੱਪਰ ਮਿਲਣਗੀਆਂ ਤੇ ਸਾਨੂੰ ਜਿਹੜਾ ਦਿਖਾਈ ਦੇਣਾ ਸ਼ੁਰੂ ਹੋ ਜਾਏਗਾ ਇਹਦੇ ਦੋ ਕਾਰਨ ਹੁੰਦੇ ਹਨ ਇੱਕ ਤੇ ਨੇਤਰ ਲੈਂਸ ਦੀ ਜਿਹੜੀ ਫੋਕਸ ਦੂਰੀ ਵੱਧ ਜਾਣੀ ਠੀਕ ਹੈ ਜਿਹਨੂੰ ਆਪਾਂ ਕੀ ਕਹਿ ਸਕਦੇ ਹਾਂ ਵੀ ਦਾ ਫੋਕਲ ਲੈਂਥ ਆਫ ਦਾ ਆਈ ਲੈਂਸ ਇਜ਼ ਟੂ ਲੌਂਗ ਜਾਂ ਡੇਲੇ ਦਾ ਛੋਟਾ ਜਾਣਾ ਦਾ ਆਈ ਬਾਲ ਬਿਕਮਸ ਟੂ ਸਮਾਲ ਆਈ ਬਾਲ ਛੋਟਾ ਹੋ ਗਿਆ ਜਿਸ ਕਰਕੇ ਕਿਰਨਾਂ ਆਈ ਬਾਲ ਤੋਂ ਬਾਹਰ ਜਾ ਕੇ ਜਾ ਰਹੀਆਂ ਰੈਟਨਾ ਤੋਂ ਪਿੱਛੇ ਜਾ ਕੇ ਮਿਲੀਆਂ ਤੇ ਉੱਤਰ ਲੈਂਸ ਅਭਿਸਾਰੀ ਲੈਂਸ ਜਾਂ ਜਿਹਨੂੰ ਆਪਾਂ ਕਹਿੰਦੇ ਕਨਵੈਕਸ ਲੈਂਸ ਕਨਵੈਕਸ ਲੈਂਸ ਨੂੰ ਕੀ ਕਹਿੰਦੇ ਆ ਕਨਵਰਜਿੰਗ ਲੈਂਸ ਕਨਵਰਜਿੰਗ ਲੈਂਸ ਦੀ ਮਦਦ ਦੇ ਨਾਲ ਆਪਾਂ ਇਸ ਰੋਗ ਤੋਂ ਛੁਟਕਾਰਾ ਪਾ ਸਕਦੇ ਹਾਂ ਕਲੀਅਰ ਤੀਸਰਾ ਹੈ ਜਰਾ ਦੂਰ ਦ੍ਰਿਸ਼ਟਾ ਜਿਸ ਨੂੰ ਕਿਹਾ ਜਾਂਦਾ ਹੈ ਆਪਾਂ ਪੜ੍ਹਿਆ ਸੀ ਕਿ ਨਾਮ ਪ੍ਰੈਸਬਿਓਪੀਆ ਪ੍ਰੈਸਬਿਓਪੀਆ ਹੈ ਜਦੋਂ ਉਮਰ ਵਿੱਚ ਵਾਧਾ ਹੋਣ ਦੇ ਨਾਲ ਮਨੁੱਖੀ ਅੱਖ ਦੀ ਅਨੁਕੂਲਨ ਸਮਰੱਥਾ ਘਟ ਜਾਂਦੀ ਹੈ ਵਧੇਰੇ ਵਿਅਕਤੀਆਂ ਦਾ ਨਿਕਟ ਬਿੰਦੂ ਦੂਰ ਹਟ ਜਾਂਦਾ ਹੈ ਤੇ ਸੋਧੇ ਹੋਏ ਚਸ਼ਮੇ ਤੋਂ ਬਿਨਾਂ ਉਹਨਾਂ ਨੂੰ ਮਤਲਬ ਵਸਤੂਆਂ ਨੂੰ ਆਰਾਮਦਾਇਕ ਢੰਗ ਨਾਲ ਸਪਸ਼ਟ ਵੇਖਣ ਵਿੱਚ ਕਠਿਨਾਈ ਹੁੰਦੀ ਹੈ ਇਸ ਨੂੰ ਕਹਿੰਦੇ ਜਰਾ ਦੂਰ ਦ੍ਰਿਸ਼ਟਾ ਇਹਦਾ ਮੁੱਖ ਕਾਰਨ ਹੁੰਦਾ ਹੈ ਜਿਹੜੇ ਆਪਣੀ ਸੀਲਦਰੀ ਮਸਲ ਸੇ ਹੌਲੀ ਹੌਲੀ ਕਮਜ਼ੋਰ ਹੋ ਜਾਂਦੇ ਹਨ ਅਤੇ ਜਿਹੜਾ ਆਪਣਾ ਲੈਂਸ ਹੈ ਇਹਦਾ ਜਿਹੜਾ ਲਚੀਲਾਪਨ ਆ ਠੀਕ ਹੈ ਦੈਟ ਇਜ਼ ਜਿਹੜਾ ਮਤਲਬ ਉਹਦੀ ਜਿਹੜੀ ਫਲੈਕਸੀਬਿਲਟੀ ਆ ਲੈਂਸ ਦੀ ਉਹਦੇ ਵਿੱਚ ਵੀ ਕਮੀ ਆ ਜਾਂਦੀ ਹੈ ਕਦੇ ਕਦੇ ਕਿਸੇ ਵਿਅਕਤੀ ਦੀ ਅੱਖ ਉੱਤੇ ਦੋਵੇਂ ਪ੍ਰਕਾਰ ਦੇ ਦੋਸ਼ ਯਾਨੀ ਕਿ ਨਿਕਟ ਦ੍ਰਿਸ਼ਟੀ ਦੋਸ਼ ਤੇ ਦੂਰ ਦ੍ਰਿਸ਼ਟੀ ਦੋਸ਼ ਇਕੱਠੇ ਵੀ ਹੋ ਜਾਂਦੇ ਹਨ ਤੇ ਅਜਿਹੇ ਵਿਅਕਤੀਆਂ ਨੂੰ ਵਸਤੂਆਂ ਨੂੰ ਵੇਖਣ ਲਈ ਫਿਰ ਆਪਾਂ ਯੂਜ਼ ਕਰਦੇ ਹਾਂ ਬਾਈਫੋਕਲ ਲੈਂਸ ਸਧਾਰਨ ਪ੍ਰਕਾਰ ਦੇ ਦੋ ਫੋਕਸੀ ਲੈਂਸਾਂ ਵਿੱਚ ਅਵਤਲ ਉੱਤਰ ਲੈਂਸ ਦੋਵੇਂ ਹੁੰਦੇ ਹਨ ਉੱਪਰਲੇ ਭਾਗ 'ਚ ਅਵਤਲ ਲੈਂਸ ਜਿਹੜਾ ਕਿ ਦੂਰ ਪਈਆਂ ਵਸਤੂਆਂ ਨੂੰ ਦੇਖਣ 'ਚ ਮਦਦ ਕਰਦਾ ਹੈ ਅਤੇ ਹੇਠਲੇ ਭਾਗ 'ਚ ਉੱਤਰ ਲੈਂਸ ਹੁੰਦਾ ਹੈ ਜੋ ਨੇੜੇ ਪਈਆਂ ਵਸਤੂਆਂ ਨੂੰ ਵੇਖਣ ਵਿੱਚ ਮਦਦ ਕਰਦਾ ਹੈ ਇਹ ਸੀ ਅੱਖ ਦੇ ਤਿੰਨ ਤਰ੍ਹਾਂ ਦੇ ਦੋਸ਼ ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ ਇਹਨਾਂ ਨੂੰ ਬਾਰ ਬਾਰ ਪੜ੍ਹੋ ਬੁੱਕ ਦੇ ਵਿੱਚੋਂ ਪੜ੍ਹੋ ਇਸ ਵੀਡੀਓ ਨੂੰ ਦੇਖੋ ਅਤੇ ਇਹਨਾਂ ਤਿੰਨੇ ਦੋਸ਼ਾਂ ਨੂੰ ਸਮਝਣ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕਰੋ ਕਲੀਅਰ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹਨਾਂ ਤਿੰਨਾਂ ਬਾਰੇ ਸਮਝ ਲੱਗ ਗਈ ਹੋਵੇਗੀ ਮਨੁੱਖੀ ਅੱਖ ਬਾਰੇ ਅਤੇ ਮਨੁੱਖੀ ਅੱਖ ਦੇ ਦੋਸ਼ ਬਾਰੇ ਇਹਨਾਂ ਵਿੱਚੋਂ ਬੇਟਾ
ਬਹੁਤ ਜ਼ਿਆਦਾ ਜਿਹੜੇ ਆਪਣੇ ਪ੍ਰਸ਼ਨ ਪੇਪਰ ਵਿੱਚ ਆਉਂਦੇ ਹਨ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ। ਠੀਕ ਹੈ, ਕੈਟਾਰੈਕਟ ਮੋਤੀਆਬਿੰਦ ਬਾਰੇ ਤੁਹਾਨੂੰ ਅੱਗੇ ਦੱਸ ਹੀ ਚੁੱਕਾ ਵਾਂ। ਇਹ ਉਹ ਕੰਡੀਸ਼ਨ ਹੁੰਦੀ ਆ ਜਦੋਂ ਜਿਹੜਾ ਲੈਂਸ ਆ ਪਰਸਨ ਦਾ ਉਹ ਥੋੜ੍ਹਾ ਬਹੁਤਾ ਧੁੰਦਲਾ ਹੋ ਜਾਂਦਾ, ਕਲੋਡੀ ਹੋ ਜਾਂਦਾ ਹੈ, ਇਸ ਕਰਕੇ ਦਿਖਾਈ ਨਹੀਂ ਦਿੰਦਾ, ਅਤੇ ਇਸ ਨੂੰ ਤਾਂ ਵੈਸੇ ਅੱਜ ਕੱਲ੍ਹ ਆਪਰੇਸ਼ਨ ਦੇ ਨਾਲ ਜਿਹੜਾ ਠੀਕ ਕਰ ਲਿਆ ਜਾਂਦਾ ਹੈ। ਇਹ ਸੀ ਸਾਡਾ ਮਨੁੱਖੀ ਅੱਖ ਬਾਰੇ ਅਤੇ ਮਨੁੱਖੀ ਅੱਖਾਂ ਦੇ ਦੋਸ਼ ਦੇ ਬਾਰੇ ਟੌਪਿਕ। ਹੁਣ ਮੈਂ ਕਹਿੰਦਾ ਜਿਹੜਾ ਆਪਣਾ ਨੈਕਸਟ ਟੌਪਿਕ ਹੈ ਇਹਨੂੰ ਆਪਾਂ ਆਪਣੀ ਨੈਕਸਟ ਵੀਡੀਓ ਵਿੱਚ ਹੀ ਸਟਾਰਟ ਕਰਾਂਗੇ, ਜਿਸ ਵਿੱਚ ਆਪਾਂ ਪ੍ਰਿਜ਼ਮ ਦੇ ਬਾਰੇ ਪੜ੍ਹਾਂਗੇ, ਪ੍ਰਕਾਸ਼ ਦਾ ਅਪਵਰਤਨ, ਅਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਤਾਰਿਆਂ ਦਾ ਟਿਮਟਮਾਉਣਾ ਜਾਂ ਹੋਰ ਜਿਹੜੇ ਆਪਣੇ ਪ੍ਰਕਾਸ਼ੀ ਘਟਨਾਵਾਂ ਹਨ ਉਹਨਾਂ ਨੂੰ ਫਿਰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਲੈਕਚਰ ਆਪਾਂ ਇੱਥੇ ਖਤਮ ਕਰਦੇ ਹਾਂ। ਹਾਂਜੀ, ਥੈਂਕ ਯੂ ਜੀ, ਥੈਂਕ ਯੂ।